ਬਠਿੰਡਾ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਦੇ ਹੀ ਹੈੱਡ ਵਾਰਡਨ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਜੇਲ੍ਹ ਦੇ ਹੈੱਡ ਵਾਰਡਨ ਬਲਦੇਵ ਸਿੰਘ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਜੇਲ੍ਹ ਸੁਪਰਡੈਂਟ ਨੇ ਉਕਤ ਅਧਿਕਾਰੀ ਨੂੰ ਸੰਬੰਧਿਤ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਦੇ ਚੱਲਦਿਆਂ ਨਥਾਣਾ ਥਾਣੇ ਦੀ ਪੁਲਿਸ ਨੇ ਬਲਦੇਵ ਸਿੰਘ ਨੂੰ ਆਪਣੀ ਹਵਾਲਗੀ 'ਚ ਲੈ ਕੇ ਉਸ ਖਿਲਾਫ਼ NDPC ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਦੋਸ਼ੀ ਖੁਦ ਵੀ ਨਸ਼ੇ ਦਾ ਆਦੀ ਹੈ ਅਤੇ ਇਹ ਨਸ਼ਾ ਉਸਨੇ ਜੇਲ੍ਹ 'ਚ ਬੰਦ ਸੋਨੂ ਨਾਮ ਦੇ ਵਿਅਕਤੀ ਨੂੰ ਪਹੁੰਚਾਉਣਾ ਸੀ। ਬਠਿੰਡਾ ਤੋਂ ਜਾਂ TV ਨਿਊਜ਼ ਦੇ ਲਈ ਕੈਮਰਾਮੈਨ ਦੀਪੂ ਸ਼ਰਮਾ ਦੇ ਨਾਲ ਕੁਨਾਲ ਬਾਂਸਲ ਦੀ ਰਿਪੋਰਟ। ਸਰ, ਕੀ ਪੂਰਾ ਮਾਮਲਾ, ਜੋ ਜੇਲ੍ਹ ਦੇ ਵਿੱਚ ਇੱਕ ਬੰਦਾ ਤੁਸੀਂ ਮੁਲਾਜ਼ਮ ਨੇ ਅਰੈਸਟ ਕੀਤਾ ਹੈ? ਅੱਜ ਇੱਕ ਸੁਪਰਡੈਂਟ ਜੇਲ੍ਹ ਨੇ ਸਾਡੇ ਕੋਲ ਇੱਕ ਲੈਟਰ ਭੇਜਿਆ, ਨਾਲ ਬਲਦੇਵ ਸਿੰਘ ਜਿਹੜਾ ਇਹਨਾਂ ਦਾ ਹੈੱਡ ਵਾਰਡਨ ਹੈ, ਜੇਲ੍ਹ ਵਾਰਡਨ ਪੋਸਟਡ ਇੱਥੇ ਬਠਿੰਡਾ ਜੇਲ੍ਹ ਦੇ ਵਿੱਚ ਮੁਲਾਜ਼ਮ ਜਿਹੜੀ ਬਣੀ ਹੋਈ ਹੈ। 425 ਜਿਹੜੀਆਂ ਨਸ਼ੀਲੀਆਂ ਗੋਲੀਆਂ ਉਹਦੇ ਕੋਲ ਬਰਾਮਦ ਕੀਤੀਆਂ, ਉਹਦੇ ਖਿਲਾਫ਼ ਜੇ ਕੇਸ ਰਜਿਸਟਰ ਕਰ ਦਿੱਤਾ, ਬੰਦਾ ਅਰੈਸਟ ਕਰ ਲਿਆ, ਫਰਦਰ ਇਹਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਾਂਗੇ। ਸਰ, ਗੋਲੀਆਂ ਕਿੱਥੋਂ ਲਿਆ ਅਤੇ ਕਿਹਨੂੰ ਗਾਹਕ ਸਪਲਾਈ ਕਰ ਰਹੇ ਸੀ? ਜੀ, ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਅਸੀਂ ਕਰਾਂਗੇ, ਅਤੇ ਪਰ ਇੰਨਾ ਕੁ ਪ੍ਰਿਲਿਮਨਰੀ ਇੰਨਾ ਕੀ ਪਤਾ ਲੱਗਾ ਵੀ ਇੱਥੇ ਇੱਕ ਸੋਨੂ ਨਾਮ